ਸੋ ਨਿਹਾਲ
अक्षर जाए जो पक्का रूपी गण लाए वाहे रूपि का खालसा वाहे रूपि की फतेह। परम सिद्धांत शासन करी बेशक माता चरण कौर जी जिन्हें भी अंत प्रकाश आ जाता साधे साधना एक लंबे उम्र को के करीब 85 साल और एक खुशहाल परिवार चढ़ के इस संसार को गए ने, पर यह भी हकीकत है कि उम्र के किसी हिस्से जो बच्चे माँ के प्यार को माँ की दुखी बोल तो बाझे हो जा बच्चिया वास्ते शायद सब तो अफसोस का मौका होता है। है उस बारे मेरे लिए पढ़ने के लिए सामने कई तरह से याद रखता है कि आज ऐसे सारे जाने मेरे छोटे बीच रणवीर सिंह लाठी मान के पूजने माता मेरी छोटी भैन और जिन्होंने सासू का सन उन्होंने अंतम अरदास चलना मरना हुक्म है आए आए जाए श्री गुरु ग्रंथ साहब जी के मुकदस दो माता चरण कौर जी को श्रद्धा से सत्कार भेंट करना एहसास मिले वाहेगुरु जी का खालसा वाहेगुरु जी की फतेह। जो आया से चल सी सब को आए राजी है पर जड़िया मावं अज असी रुखसत कर रहे हैं ये वह समय दिया हानी ने वो एक सदी का हिस्सा ने जिन्होंने अपनी जिंदगी बड़ा ही सादगी संचल का समा देख के इन परिवारों इन वारसों अज का जो तेज करार युग है अज का आराम बढ़ रहा समाज है वो मुकाबले हानि बनाने बहुत वाला उपरला किया क्योंकि अज के समय के लिए झात मारीे तो पिछला समा देखिए तो बहुत बड़ा बदलाव आया समाज के लिए पर जिमें कि पहला गुरशाह साहब जी ने वकील साहब साहब अमजीत सिंह उन्होंने दसिया कि बहुत बदलाव मिलता है अच्छा समाज का हिस्सा जेडे माँ बाप की इस हद तक सेवा करते हैं तो माँ बाप दिया जो बनता हक है किसी जबान का सेवा का बनाते हैं बहुत बहुत धन्यवाद समझ साहब ने किया बिलकुल पावो फेर गेहूँ सजन असीसियाँ जो हो गए साहेब सुनवे वाहेगुरू जी का खालसा वाहेगुरू जी।
Jaan se mere aata tu tere
Thank you.
ਜਿਹਨੇ ਨਾਮ ਧਿਆਇਆ ਗਏ ਮਸਕਤ ਨਾਲ ਨਾਨਕ ਤੇ ਹੁਕਮ ਜਲੇ ਇਹਦੀ ਚੁਕੀ ਨਾਲ ਸਗਲ ਸਮਗਰੀ ਤੁਮ ਲੈ ਸੂਰ ਤੁਮ ਤੇ ਹੋਏ ਸੋ ਅਗਿਆਕਾਰੀ ਤੁਮਰੀ ਕਰ ਇਸ ਵਕਤ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ
ਅੰਮ੍ਰਿਤਮਈ ਬਾਣੀ ਦੇ ਕੀਰਤਨ ਹੋਏ ਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਪਾਤਸ਼ਾਹ ਕਿਰਪਾ ਕਰਨੀ ਵਿਛੜੀ ਹੋਈ ਦੂਰ ਕਰਨਾ ਤੇ ਨਿਵਾਸ ਬਖਸ਼ਿਸ਼ ਕਰਨਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਾਲ ਬਖਸ਼ਿਸ਼ ਕਰਨਾ ਸਤਿਗੁਰ ਕਿਰਪਾ ਕਰਨੀ ਬੱਚਿਆਂ ਦੇ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਆਈ ਤੇ ਆ ਰਹੀ ਸਾਧ ਸੰਗਤ ਦੀ ਹਾਜ਼ਰ ਪ੍ਰਵਾਨ ਕਰਨੀ ਕਦਮ ਕਦਮ ਲੇਖ ਜਲਾਉਣੇ ਮਨੋ ਕਾਮਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਦਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਘਰਾਂ ਵਿੱਚ ਪ੍ਰੇਮ ਤੁਫਾ ਕਾਪਸੀ ਮਿਲਾਪ ਸਿੱਖੀ ਜੀਵਨ ਇਹ ਅਰੋਗਤਾ ਬਖਸ਼ਣ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਾਤਾ ਜੀ ਦੇ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ਣੀ ਪਾਤਸ਼ਾਹ ਕਾਰੋਬਾਰਾਂ ਸਭ ਰੁੱਤਾਂ ਬਖਸ਼ਣੀਆਂ ਆਪ ਅੰਤੋ ਸੰਤ ਸਹਾਇਤਾ ਕਰਨੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਅੰਤੋ ਸਾਥ ਭੈਣ ਭਰਾ ਪਾਤਸ਼ਾਹ ਰਿਸ਼ਤੇਦਾਰ ਦੂਰ ਨੇੜੇ ਹਾਜ਼ਰ ਹੋਏ ਹਨ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਪਾਤਸ਼ਾਹ ਜੀਓ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ ਦਰ ਤੇ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਂਦੀ ਆ ਗਿਆ ਬਖਸ਼ਣੀ ਜੋ ਜੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਲੱਭੇ ਪਾਤਸ਼ਾਹ ਜੀ ਕਰੋ ਕਿਰਪਾ ਆਪਣੇ ਰਾਹੀ ਨੂੰ ਬਖਸ਼ੋ ਆਪਣੇ ਰਾਹੀ ਨੂੰ ਅਨੁਸਾਰ ਜੀਵਨ ਜੀਵਨ ਦੀ ਸੁਨਾਤ ਬਖਸ਼ਣੀ ਥੱਕਰ ਵਾਦਾ ਘਾਟਾ ਕੋ ਜੁਣ ਮਾਫ ਕਰਨੀ ਸਰਬਾਤ ਦੇ ਕਾ ਅਰਦਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਨਾਮ ਕੇ ਦੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਸੋਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਰਤ ਕਰਦੇ ਹੰਝਨੋ ਅਚਿੰਤੇ ਬਾਜ ਪਏ ਬਾਦ ਪਏ ਕਿਸ ਰੱਬ ਦੇ ਕੀਲਾ ਵਿਸਰੀਆਂ ਜੋ ਮਨ ਚਿਤ ਨਾ ਚਿਤ ਧੰਨ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹਲਾ ਪਹਿਲਾ ਜੀਓ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿੜ ਲਾਏ ਜੀਓ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿੜ ਲਾਏ ਬਹੁਤਾ ਬੋਲਣਾ ਚੱਖਣ ਹੋਏ ਵਿਣ ਬੋਲੇ ਜਾਣੇ ਸਭ ਸੋਏ ਰਹਾਉ ਜਿਹਾ ਦਿੱਤੀ ਬੋਲੇ ਜੇਤਾ ਮੋ ਪਰੀ ਸੁਆਦ ਸਭਾ ਕਾਲਖ ਦਾਗਾ ਦਾਗ ਦਾਗ ਦੋਸ਼ ਮੋਹ ਚੱਲਿਆ ਜੇ ਕੋ ਟੁੱਟੇ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪਹਿਲਾ। ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖੱਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੂਪੀ ਵਿਣ ਲਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਸ਼ਕ ਮਾਤਾ ਚਰਨ ਕੌਰ ਜੀ, ਜਿਹਨਾਂ ਦੀ ਅੰਤਮ ਅਰਦਾਸ ਅੱਜ ਆਪਾਂ ਸਾਡੇ ਸ਼ਾਮਨਾ, ਇੱਕ ਲੰਬੀ ਉਮਰ ਭੋਗ ਕੇ ਕਰੀਬ 85 ਸਾਲ ਔਰ ਇੱਕ ਖੁਸ਼ਹਾਲ ਪਰਿਵਾਰ ਛੱਡ ਕੇ ਇਸ ਸੰਸਾਰ ਨੂੰ ਗਏ ਨੇ। ਪਰ ਇਹ ਵੀ ਹਕੀਕਤ ਹੈ ਕਿ ਉਮਰ ਦੇ ਕਿਸੇ ਹਿੱਸੇ 'ਚ ਜਦੋਂ ਬੱਚੇ ਮਾਂ ਦੇ ਪਿਆਰ ਤੋਂ, ਮਾਂ ਦੀ ਨਿੱਕੀ ਗੋਦ ਤੋਂ ਵਾਂਝੇ ਹੋ ਜਾਣ, ਅਤੇ ਬੱਚਿਆਂ ਵਾਸਤੇ ਸ਼ਾਇਦ ਇਹ ਸਭ ਤੋਂ ਅਫਸੋਸਨਾਕ ਮੌਕਾ ਹੁੰਦਾ ਹੈ। ਜਦੋਂ ਅਸੀਂ ਇਸ ਦੇ ਅੱਧੇ ਝਾਤ ਮਾਰੀਏ ਕਿ ਕਰੀਬ 25 ਸਾਲ ਪਹਿਲਾਂ ਉਹਨਾਂ ਦੇ ਪਤੀ ਸਰਦਾਰ ਕ੍ਰਿਸ਼ਨ ਸਿੰਘ ਜੀ ਦੀ ਮੌਤ ਹੋਈ ਔਰ ਇੰਨੇ ਲੰਬੇ ਸਮੇਂ 'ਚ ਮਾਤਾ ਔਰ ਪਿਤਾ ਦੋਨਾਂ ਦਾ ਪਿਆਰ ਔਰ ਪਰਿਵਾਰ ਨੂੰ ਸੰਤੁਸ਼ਟੀ ਸ਼੍ਰੀਮਤੀ ਚਰਨੀ ਕੌਰ ਦੀ ਬੇਟੀ, ਅੱਜ ਇਹ ਪਰਿਵਾਰ ਆਰਥਿਕ ਤੌਰ 'ਤੇ, ਸਮਾਜੀ ਔਰ ਰਾਜਨੀਤਿਕ ਤੌਰ 'ਤੇ ਖੰਨੇ ਦੇ ਪ੍ਰਮੁੱਖ ਪਰਿਵਾਰਾਂ 'ਚੋਂ ਹੈ। ਯਕੀਨਨ ਇਸ ਦੇ ਪਿੱਛੇ ਉਸ ਮਾਤਾ ਦੀ ਦੁਆ ਔਰ ਜੋ ਵਧੀਆ ਸੰਸਕਾਰ ਇਸ ਪਰਿਵਾਰ ਦੇ ਬੱਚਿਆਂ ਨੂੰ ਮਾਤਾ ਨੇ ਦਿੱਤੇ, ਇਹ ਉਸਦਾ ਇੱਕ ਨਤੀਜਾ ਹੈ। ਇੱਕ ਗੱਲ ਜਿਹੜੀ ਅੱਜ ਦੇ ਸਮੇਂ ਮੈਂ ਜ਼ਰੂਰੀ ਕਹਿਣੀ ਸਮਝਦਾ ਕਿ ਜਿਸ ਕਿਸਮ ਦੇ ਦੌਰ 'ਚੋਂ ਆਪਾਂ ਸਾਰੇ ਗੁਜ਼ਰ ਰਹੇ ਹਾਂ, ਆਮ ਤੌਰ 'ਤੇ ਦੇਖਿਆ ਜਾਂਦਾ ਕਿ ਪਰਿਵਾਰਾਂ ਦੇ ਅੰਦਰ ਬਜ਼ੁਰਗਾਂ ਨੂੰ ਉਹ ਇੱਜ਼ਤ ਇਹਤਰਾਮ ਨਹੀਂ ਮਿਲਦਾ ਜਿਹਦੇ ਉਹ ਹੱਕਦਾਰ ਹੁੰਦੇ ਨੇ। ਲੇਕਿਨ ਅੱਜ ਵੀ ਕੁਝ ਪਰਿਵਾਰ ਅਜਿਹੇ ਨੇ ਜਿੱਥੇ ਇਸ ਗੱਲ ਨੂੰ ਖੁਸ਼ਕਿਸਮਤੀ ਸਮਝਿਆ ਜਾਂਦਾ ਕਿ ਉਹਨਾਂ ਨੂੰ ਆਪਣੇ ਬਜ਼ੁਰਗਾਂ ਦੀ ਇੱਜ਼ਤ ਕਰਨ ਦਾ, ਉਹਨਾਂ ਦੀ ਸੇਵਾ ਸੰਭਾਲ ਕਰਨ ਦਾ ਮੌਕਾ ਮਿਲਿਆ। ਬਹੁਤ ਲੰਬਾ ਸਾਡੇ ਦੋਸਤ ਨੇ ਲਾੜੀ ਮਾਨ ਜੀ ਸਰ ਰਣਵੀਰ ਸਿੰਘ, ਇਹਨਾਂ ਦੇ ਘਰ ਜਾਣ ਦਾ ਅਕਸਰ ਮੌਕਾ ਮਿਲਦਾ ਸੀ। ਸਮੁੱਚੇ ਪਰਿਵਾਰ ਨੇ ਭਾਵੇਂ ਖੁਦ ਹੋਣ, ਇਹਨਾਂ ਦੀ ਧਰਮ ਪਤਨੀ ਹੋਵੇ ਜਾਂ ਇਹਨਾਂ ਦੇ ਬੱਚੇ ਹੋਣ, ਸਿਰਫ ਇਹੀ ਨਹੀਂ ਕਿ ਮਾਤਾ ਦੀ ਸੇਵਾ ਸੰਭਾਲ ਕੀਤੀ ਹੈ, ਜਿਸ ਭਾਵਨਾ ਦੇ ਨਾਲ ਔਰ ਜਿਸ ਸ਼ਰਧਾ ਦੇ ਨਾਲ ਇਹਨਾਂ ਨੇ ਸੇਵਾ ਕੀਤੀ, ਯਕੀਨਨ ਇਹ ਉਸੇ ਚੀਜ਼ ਦਾ ਹੀ ਨਤੀਜਾ ਹੈ ਕਿ ਜੋ ਵਧੀਆ ਸੰਸਕਾਰ ਮਾਤਾ ਨੇ ਆਪਣੇ ਬੱਚਿਆਂ ਨੂੰ ਦਿੱਤੇ। ਅਜਿਹੀਆਂ ਮਾਵਾਂ ਜਦੋਂ ਇਸ ਸੰਸਾਰ 'ਚੋਂ ਪਰਿਵਾਰ ਨੂੰ ਛੱਡ ਕੇ ਹਮੇਸ਼ਾ ਲਈ ਵਿਦਾ ਹੋ ਜਾਣ, ਉਮਰ ਦਾ ਕੋਈ ਲਿਹਾਜ਼ ਨਹੀਂ ਹੁੰਦਾ ਔਰ ਉਹਨਾਂ ਦਾ ਜਾਣਾ ਯਕੀਨਨ ਤੌਰ 'ਤੇ ਬਹੁਤ ਦੁਖਦਾਈ ਹੁੰਦਾ। ਬਹੁਤ ਸਾਰੇ ਦੋਸਤ ਮਿੱਤਰ, ਵੱਖ ਵੱਖ ਸਿਆਸੀ ਪਾਰਟੀਆਂ ਦੇ ਰਹਿਨੁਮਾ ਔਰ ਸਮਾਜੀ ਜਥੇਬੰਦੀਆਂ ਦੇ ਨੁਮਾਇੰਦੇ ਅੱਜ ਇੱਥੇ ਹਾਜ਼ਰ ਨੇ। ਸਮੇਂ ਨੂੰ ਧਿਆਨ 'ਚ ਰੱਖਦੇ ਹਾਂ, ਸਿਰਫ ਇੱਕ ਹੀ ਸ਼ਖਸ ਨੂੰ ਮੈਂ ਬੇਨਤੀ ਕਰਾਂਗਾ ਜਿਹੜੇ ਇਸ ਪਰਿਵਾਰ ਦੇ ਬਹੁਤ ਕਰੀਬੀ ਨੇ, ਇਹ ਉਹ 2-3 ਮਿੰਟ ਲਈ ਆਪਣੇ ਵੱਲੋਂ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਬੇਨਤੀ ਹੈ ਸਹਾਰਦੇਵ ਸਿੰਘ ਜੀ ਰੋਸ਼ਨ ਨੂੰ ਕਿ ਉਹ 2-4 ਮਿੰਟ ਲਈ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕਰਕੇ ਸਹਾਰਦੇਵ ਸਿੰਘ ਜੀ ਰੋਸ਼ਨ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਜਿਹੜਾ ਅੱਜ ਦਾ ਸੋਗ ਸਮਾਗਮ ਹੈ, ਉਸ ਬਾਰੇ
ਸਾਨੂੰ ਚੰਗੀ ਤਰ੍ਹਾਂ ਸੁਝਾ ਦਿੱਤਾ ਹੈ ਕਿ ਅੱਜ ਅਸੀਂ ਸਾਰੇ ਜਾਣੇ ਮੇਰੇ ਛੋਟੇ ਵੀਰ ਰਣਵੀਰ ਸਿੰਘ ਲਾਡੀ ਮਾਨ ਦੇ ਪੂਜਣੇ ਮਾਤਾ, ਮੇਰੀ ਛੋਟੀ ਭੈਣ ਪਰਮਜੋਤ ਕੌਰ ਜਿਨ੍ਹਾਂ ਦੇ ਉਹ ਸੱਸ ਸੁਹਰਾ ਸਨ, ਉਹਨਾਂ ਦੇ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਲਈ ਅਸੀਂ ਸਾਰੇ ਜੁੜੇ ਹਾਂ। ਮਾਂ ਇੱਕ ਐਸਾ ਰਿਸ਼ਤਾ ਹੈ, ਇਸ ਰਿਸ਼ਤੇ ਦਾ ਸੰਸਾਰ ਦੇ ਵਿੱਚ ਕੋਈ ਵੀਰ ਪੈਗੰਬਰ, ਕੋਈ ਸਾਇੰਸਦਾਨ ਜਾਂ ਕੋਈ ਹੋਰ ਔਲੀਆ ਇਸਦਾ ਬਦਲ ਨਹੀਂ ਹੋ ਸਕਿਆ। ਪਰਮਾਤਮਾ ਨੇ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ, ਜਦੋਂ ਪਰਮਾਤਮਾ ਨੇ ਸੋਚਿਆ ਵੀ ਮੈਂ ਹਰ ਘਰ ਦੇ ਵਿੱਚ ਖੁਦ ਨਹੀਂ ਪਹੁੰਚ ਸਕਾਂਗਾ ਤਾਂ ਉਸਦਾ ਬਦਲ ਮਾਂ ਨੂੰ ਬਣਾਇਆ ਗਿਆ। ਮਾਂ ਨੂੰ ਰੱਬ ਦਾ ਇੱਕ ਰੂਪ ਵੀ ਸਮਝ ਕੇ ਸਾਡੇ ਵਿੱਚ ਪਰਮਾਤਮਾ ਨੇ ਭੇਜਿਆ। ਮਾਤਾ ਜੀ ਵੀ ਚਾਹੇ ਉਮਰ 80 ਸਾਲ ਦੇ ਕਰੀਬ ਸੀ, ਪਰ ਕਹਿੰਦੇ ਨੇ ਰਿਸ਼ਤਿਆਂ ਦੇ ਨਾਲ ਉਮਰਾਂ ਦਾ ਕੋਈ ਤਰਕ ਨਹੀਂ ਹੁੰਦਾ, ਖਾਸ ਕਰਕੇ ਮਾਂ ਦੇ ਰਿਸ਼ਤੇ ਨੂੰ। ਉਹ ਅੱਜ ਗੁਰੂ ਸਾਹਿਬ ਦੇ ਹੁਕਮ ਦੇ ਮੁਤਾਬਕ ਮਰਨਾ ਸੱਚ ਜਿਉਣਾ ਝੂਠ ਦੇ ਮੁਤਾਬਕ ਸਾਡੇ ਨਹੀਂ ਰਹੇ। ਅਸੀਂ ਸਾਰੇ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੁੰਦੇ ਹਾਂ। ਮਾਤਾ ਜੀ ਨੇ ਆਪਣੇ ਬੱਚਿਆਂ ਨੂੰ ਐਸੇ ਚੰਗੇ ਅਤੇ ਸੱਚੇ ਅਤੇ ਸੁੱਚੇ ਸੰਸਕਾਰ ਦਿੱਤੇ। ਲਾਡੀ ਮਾਂ ਅਤੇ ਉਹਨਾਂ ਦੇ ਬੇਟੇ ਬੇਟੀਆਂ ਕਿ ਅੱਜ ਉਹਨਾਂ ਦੀ ਖੁਸ਼ਬੂ, ਉਹ ਸੰਸਕਾਰ ਦੀ ਖੁਸ਼ਬੂ ਸਾਡੇ ਸਾਹਮਣੇ ਹੈ। ਸਮਾਜ ਦਾ ਕੋਈ ਧਾਰਮਿਕ ਅਦਾਰਾ ਦਾ, ਕੋਈ ਪੋਲੀਟਿਕਸ, ਕੋਈ ਸਮਾਜਿਕ ਅਦਾਰਾ ਅਤੇ ਹੋਰ ਜਿੰਨੇ ਜਿੰਨੀ ਕਿ ਦੋਸਤ ਮਿੱਤਰ ਇੱਥੇ ਹਾਜ਼ਰ ਨੇ ਕਿ ਉਹ ਵੀ ਚੰਗੀ ਸ਼ਿਕਸ਼ਾ ਦਾ ਜਿਹੜਾ ਕਾਰਨ ਹੈ। ਇਸ ਪਰਿਵਾਰ ਦਾ ਨੌਂ ਕਹਿੰਦੇ ਠੰਡੇ ਵਿੱਚ ਹੀ ਨਹੀਂ, ਠੰਡੇ ਇਲਾਕੇ ਵਿੱਚ ਹੀ ਨਹੀਂ, ਸਾਰੇ ਪੰਜਾਬ ਨੂੰ ਛੱਡ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇਸ ਪਰਿਵਾਰ ਦੀ ਮਾਤਾ ਦੀ ਖੁਸ਼ਬੂ ਫੈਲੀ ਹੋਈ ਹੈ, ਜਿਹੜੀ ਕਿ ਆਪਾਂ ਸਾਰਿਆਂ ਨੂੰ ਭਲੀਭਾਂਤ ਪਤਾ, ਕਿਉਂਕਿ ਟਾਈਮ ਬਹੁਤ ਹੋ ਗਿਆ। ਮਾਂ ਦੇ ਵਿਸ਼ੇ 'ਤੇ ਜਿੰਨਾ ਵੀ ਮਰਜ਼ੀ ਫੋਟੋ ਹੋ ਸਕਦੇ ਹਾਂ, ਟਾਈਮ ਦੇ ਹਿਸਾਬ ਦੇ ਨਾਲ ਇਸ ਨੂੰ ਸਹੀ ਕਰਨ ਵਾਸਤੇ ਮੈਂ ਸਿਰਫ ਅਤੇ ਸਿਰਫ ਇੰਨੀ ਗੱਲ ਹੀ ਕਹਾਂਗਾ ਕਿ ਮਾਂ ਅਜਿਹੀ ਮਾਂ, ਅਜਿਹੇ ਧੀ ਪੁੱਤਰ ਸਭ ਨੂੰ ਪਰਮਾਤਮਾ ਦੇਵੇ। ਇਸ ਫਾਸਟ ਯੁੱਗ ਦੇ ਵਿੱਚ ਆਪਾਂ ਦੇਖ ਹੀ ਰਹੇ ਹਾਂ ਬਜ਼ੁਰਗਾਂ ਦਾ ਕੀ ਹਾਲ ਹੈ, ਦਿਨ ਬਰ ਦਿਨ ਬੁਢਾਪਾ ਘਰ ਖੁੱਲ੍ਹਦੇ ਜਾ ਰਹੇ ਨੇ। ਇਸ ਨੂੰ ਰੋਕਣ ਦੀ ਲੋੜ ਹੈ, ਅਜਿਹੇ ਘਰਾਂ ਤੋਂ ਸ਼ਿਕਸ਼ਾ ਲੈਣ ਦੀ ਲੋੜ ਹੈ ਜਿਨ੍ਹਾਂ ਦੇ ਮਾਂ ਅਖੀਰਲਾ ਸਾਹ ਸਾਡੇ ਛੋਟੇ ਵੀਰ ਲਾਡੀ ਦੇ ਪੱਟਾਂ ਦੇ ਉੱਤੇ ਲਿਆ। ਇਸ ਗੱਲ ਦਾ ਤਸੱਲੀ ਹੁੰਦੀ ਹੈ ਕਿ ਮਾਂ ਨੇ ਐਸੇ ਸੰਸਕਾਰ ਦਿੱਤੇ ਕਿ ਅੱਜ ਆਪਾਂ ਸਭ ਨੂੰ ਪਤਾ ਹੈ। ਅਖੀਰ ਦੇ ਵਿੱਚ ਮੈਂ ਆਪਣੇ ਰੂਸ਼ਾ ਪਰਿਵਾਰ ਵੱਲੋਂ ਅਤੇ ਆਪਣੀ ਕਾਂਗਰਸ ਪਾਰਟੀ ਵੱਲੋਂ ਅਤੇ ਇਸ ਇਲਾਕੇ ਦੇ ਸਾਰੇ ਲੋਕਾਂ ਵੱਲੋਂ ਪਰਮਾਤਮਾ ਅੱਗੇ ਬੇਨਤੀ ਕਰਦਾ ਕਿ ਜੇ ਸੱਚੇ ਪਾਤਸ਼ਾਹ ਮਾਤਾ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਮਾਜ਼ ਦਿਓ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਓ ਅਤੇ ਸਵਰਗਾਂ ਦੇ ਵਿੱਚੋਂ ਉਹਨਾਂ ਦੇ ਆਸ਼ੀਰਵਾਦ
हमेशा इस परिवार के रहे, चढ़ती कदर मेरे परिवार माए में चढ़ती कदर देखे परिवार को वैरण की का खालसा वैर की। बहुत सारिया संस्थाव संस्थाव आए हैं जिन्होंने श्री सतगुरु बाबा लालदेव जी दस इस भी समाज सेवा संस्था जो निरंतर नगर मेडिकल सोसाइटी गुरुद्वारा श्री सुख सतगुरु साहब श्री शैली साइंस सेंटर की तरफ श्री राजकुमार शर्मा वर्गिया श्री गोविंद गौशाला अमेरिकोटा रोड एस मॉडल सीनियर सेकेंडरी स्कूल खन्ना कैंपस एसोसिएशन एस हाई स्कूल खन्ना सोसाइटी लायंस क्लब खन्ना थिएटर मैं शोकग्रस्त परिवार ने उन्होंने सारे संस्थावान का जिन्हों के शोक प्रस्ताव आए और उन्होंने शिक्षित का जिन्होंने शोक संदेश है धन्यवाद करना और आखिर दो मिनट वास्ते इस परिवार ने ही एक सीनियर मैंबर साढ़े दोस्त सर जसमीत सिंह जी सोका बाबा जी मेरी मेम्बर को वो अज सकता का धन्यवाद करके सोच कुछ संस्थावान को और धार्मिक स्थानों को माता जी पंजाब बाइक सहायता देने का फैसला होया जिले मलेरकोटला रोड गौशाला वृद्ध आश्रम लोक पिता विद्यालय पुष्ट आश्रम और गुरुद्वारा सुख सतगुरु साहब इन्हों संस्थावान के जिन्होंने नुमाइंदे के हाजिर हो दान राशि लै जाएंगे बाकी हम परिवार को भी करेंगे। जन्ना मरना हुक्म है आए आए जाए श्री गुरु ग्रंथ साहब जी की मुकदस दौर के माता चरण कौर जी को श्रद्धा से सत्कार भेंट करना एहसास मिले वाहेगुरु जी का खालसा वाहेगुरु जी की फतह। जो आया से चल सी सब को आए गुराजी है पर जड़िया मावं अज असी रुखसत कर रहे हैं ये वो समय दिया हानी ने वो एक सदी का हिस्सा ने जिन्होंने अपनी जिंदगी बड़ा ही सादगी संचल का समा देख के इन परिवार इन वारसों अज का जो तेज करार युग है अज का अगह बढ़ रहा समाज है वो मुकाबले हानी बनाने बहुत वाला उपरला किया क्योंकि अज के समय से जो झात मारीे तो पिछला समा देखिए तो बहुत वाला बदलाव आया समाज के पर जिमें कि पहला गुरशाह साहब जी ने वकील साहब साहब अमजीत सिंह उन्होंने दसिया कि बहुत बदलाव मिलता है अचक समाज का हिस्सा जोड़े माँ बाप की इस हद तक सेवा करते हैं तो माँ बाप दिया जो बनता हक है किसी जबान का सेवा का वो निभाते हैं ये जो मिसाल है सूँ इस मान परिवार को मिलती है। मैं परिवार वालों समुचे रिश्तेदार शहर वासियों का दोस्तों का सब का इस दूसरी घड़ी में पहुँचने सब का परिवार को धन्यवाद करता है परमात्मा के चरणों में अरदास करता है कि उसकी नूह अपने चरणों में निवास बख्शन असी जो साडा समाज है साड़ी ये जो फसल है ये साडे बजुर्गों को सेहत लैके अगली जनरेशन तक जी साडियां संस्कार ने साडे समाजिक रीति रिवाज ने साडे धार्मिक परंपरावां ने उन्होंने सामभ के अगली जनरेशन तक जो पहुँचा देंगे ता ही इन मावां नूं सच्ची श्रद्धांजलि होगी। मैं एक बार फिर सब का धन्यवाद करता हुआ बेनती करना सब के चरणों जिन्होंने अंदर पानी नहीं छकया वो भी छक के जा बहुत बहुत धन्यवाद। समझ सारा ने कहा निरंतर पावन पेन देहो सजन असिशनिया जो हो गए साहेब सुनवे वाहेगुरू जी का खालसा श्री वाहेगुरू जी सत नाम वाहे गुरु साधु जय नाम।
ਹਾਂ
Thank you.